ਸਾਹਿਬ ਸਤਿਗੁਰੂ ਦੇਨ ਅਤੇ ਦੁਨਿਆ ਦੇ ਸਾਹਿ ਸ਼ੈਨਸ਼ਾ ਜਿਨ੍ਹਾਂ ਦੇ ਮਹਾਨ ਪਾਵਨ ਛਤਰ ਛਾਇਆ ਦੇ ਸਨਮੁਖ ਬੈਠ ਕੇ ਇੱਕ ਬਹੁਤ ਵੱਡੀ ਇਕਾਗਰਤਾ ਭਰੇ ਮਾਹੌਲ ਵਿੱਚ ਸਤ ਸੰਗੀ ਅਸਤਾਨ ਤੇ ਇੱਕ ਐਸੇ ਰਸ ਨੂੰ ਪ੍ਰਾਪਤ ਕਰ ਰਹੇ ਹਾਂ ਜਿਸ ਰਸ ਨੂੰ ਪ੍ਰਾਪਤ ਕਰਨ ਵਾਸਤੇ ਜੋਗੀ ਪੁਰਖਾ ਨੂੰ ਬਹੁਤ ਲੰਬੇ ਸਮੇਂ ਤੱਕ ਇੱਕ ਐਸੀ ਸਮਾਧੀ ਵਿੱਚ ਬੈਠਣਾ ਪੈਂਦਾ ਸੀ ਪਹਾੜਾਂ ਦੀਆਂ ਕੁੰਦਰਾ ਵਿੱਚ ਜਾ ਕੇ ਜੰਗਲਾਂ ਵਿੱਚ ਜਾ ਕੇ ਬੈਠਣਾ ਸਿਰ ਕਿਤੇ ਜਾ ਕੇ ਉਸ ਰੱਬੀ ਰਾਸ ਨੂੰ ਉਹ ਪ੍ਰਾਪਤ ਕਰਦੇ ਸਨ ਜੋਗੀ ਪੁਰਖ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਵਿੱਚ ਸੰਸਾਰ ਵਿੱਚ ਆਣ ਕੇ ਇਹ ਪਾਵਨ ਬਚਨ ਕਰ ਦਿੱਤੇ ਸਨ ਕਿ ਸਾਡੇ ਗੁਰਸਿੱਖਾਂ ਦਾ ਇੱਕ ਐਸਾ ਨਿਰਾਲਾ ਜੀਵਨ ਹੋਏਗਾ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਜੋਗੀ ਪੁਰਖ ਕਹਿ ਕੇ ਨਹੀਂ ਗੁਰਸਿੱਖ ਜੋਗੀ ਕਹਿ ਕੇ ਸਨਮਾਨ ਤੇ ਸਤਕਾਰ ਭਰੀਆਂ ਨਜ਼ਰਾਂ ਨਾਲ ਦੁਨਿਆ ਦੇ ਸੰਸਾਰ ਦੇ ਲੋਕ ਬੜੇ ਆਦਰ ਨੈ ਆਦਰ ਮਇਤਰੀ ਕੇ ਨਾਲ ਤੱਕਿਆ ਕਰਨਗੇ ਦਰਸ਼ਨ ਕਰਿਆ ਕਰਨਗੇ ਐਸੇ ਗੁਰਸਿੱਖਾਂ ਦਾ ਜੀਵਨ ऐसे महान गुरु सिख योगी पैदा कीते गुरु साहिब जी ने ना किते पहाड़ां दियां कुंदरा ਵਿੱਚ ਜਾ ਕੇ ਬੈਠਣ ਦੀ ਲੋੜ ਪਈ ਜੰਗਲਾਂ ਵਿੱਚ ਜਾ ਕੇ ਬੀਆਬਾਨ ਕਿਸੇ ਜੰਗਲ ਵਿੱਚ ਜਾ ਕੇ ਬੈਠਣ ਦੀ ਲੋੜ ਨਹੀਂ ਪਰਿਵਾਰ ਨੂੰ ਤਿਆਗ ਕੇ ਸੰਸਾਰ ਤੋਂ ਕਿਨਾਰਾ ਕਰਕੇ ਦੂਰ ਦਰਾਡੇ ਜਾ ਕੇ ਰਟਨ ਕਰਦੇ ਫਿਰਨਾ ਇਹ ਵੀ ਕਿਸੇ ਪ੍ਰਕਾਰ ਦੀ ਤਹਾ ਨੋ ਅੱਜ ਦੀ ਦੁਨੀਆਂ ਵਿੱਚ ਲੋੜ ਨਹੀਂ ਹੈ ਵਾਸ ਕੁਝ ਸਮੇਂ ਵਾਸਤੇ ਆਪਣੇ ਘਰ ਤੋਂ ਉੱਠ ਕੇ ਸਤ ਸੰਗੀ ਅਸਥਾਨ ਤੇ ਜਾ ਕੇ ਨਾਮ ਰਸ ਪ੍ਰਾਪਤ ਕਰਨਾ ਗੁਰਬਾਣੀ ਦਾ ਜਾਪ ਕਰਨਾ ਗੁਰਬਾਣੀ ਪੜ੍ਹਨੀ ਸਰਵਣ ਕਰਨੇ ਇਹ ਸਾਡੇ ਗੁਰਸਿੱਖਾਂ ਦੇ ਸਤਸੰਗੀ ਗੁਰਸਿੱਖਾਂ ਦੇ ਹਿੱਸੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸਭ ਕੁਝ ਪਾ ਦਿੱਤਾ ਜਿੰਦਗਾ ਸਿੱਖ ਸੰਗਤ ਆਏ ਸੇ ਸਤਸੰਗੀ ਅਸਥਾਨ ਤੇ ਆ ਕੇ ਸਾਜ ਕੇ ਬੈਠੀਆਂ ਨੇ ਆਓ ਆਪਣੀ ਇਸ ਪ੍ਰਾਪਤ ਕੀਤੀ ਹੋਈ ਇਕਾਗਰਤਾ ਦੇ ਰਸ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਤੇ ਦਰਸ਼ਨੀ ਸਤਕਾਰ ਭੇਟ ਵਧੋਂ ਅਰਪਣ ਕਰਨ ਵਾਸਤੇ ਫਤਿਹ ਦੀ ਸਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਕਲਗੀ ਤਰ ਪਾਤਸ਼ਾਹ ਦਸ਼ਮੇਸ਼ ਪਿਤਾ ਜਿੰਨਾਂ ਨੇ ਆਪਣੇ ਖਾਲਸਾ ਪੰਥ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਸਿਮਰਨ ਅਭਿਆਸ ਕਰਨ ਦਾ ਉਪਦੇਸ਼ ਕਰਨ ਵਾਸਤੇ ਆਪਣੀ ਮੁਬਾਰਕ ਰਸਨਾ ਤੋਂ ਬਾਣੀ ਦਾ ਉਚਾਰਨ ਕੀਤਾ ਉਹ ਪਾਵਨ ਬਚਨ ਮੈਂ ਆਪ ਜੀ ਦੇ ਕੰਨਾਂ ਦੀ ਸਰੋਤ ਦਾ ਹਿਸਾਬ ਬਣਾਉਣਾ ਚਾਹੁੰਦਾ ਹਾਂ ਦਸਮ ਦੀ ਪਾਵਨ ਬਾਣੀ ਦੇ ਬਚਨ ਹਨ ਖਾਲਸਾ ਜੀ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਐਸਾ ਜੀਵਨ ਜਿੰਦਾ ਨੇ ਇਹ ਪਾਵਨ ਬਚਨ ਕੀਤੇ ਸਨ ਜੋ ਨੇਜ ਪ੍ਰਭ ਮੋਸੋ ਕਹਾ ਸੋ ਕਹਿਹੁ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਇਸ ਪਾਵਨ ਪਵਿੱਤਰ ਬਚਨ ਦੇ ਉੱਪਰ ਆਪਣੀ ਇਕਾਗਰਤਾ ਨੂੰ ਟਿਕਾਉਣ ਦਾ ਜਰਾ ਯਤਨ ਕਰਿਓ ਕਿਉਂਕਿ ਗੁਰਬਾਣੀ ਸਤਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਐਸੀ ਉਚੇਰੀ ਦੁਨੀਆ ਵਿੱਚ ਜਾ ਕੇ ਆਪਾਂ ਨੂੰ ਇਹ ਮਹਾਨ ਬਖਸ਼ਿਸ਼ ਕੀਤੀ ਹੈ ਜਿਦੇ ਅਰਥਾਂ ਨੂੰ ਆਪਣੀ ਪਕੜ ਵਿੱਚ ਲਿਉਣ ਵਾਸਤੇ ਇਕਾਗਰਤਾ ਦੀ ਬਹੁਤ ਵੱਡੀ ਲੋੜ ਪੈਂਦੀ ਹੈ। ਇੱਕ ਵਾਰ ਮੈਂ ਫਿਰ ਉਹ ਪਾਵਨ ਬਚਨ ਆਪ ਜੀ ਨੂੰ ਜਾਦ ਕਰਾ ਦਿਆਂ। ਸਤਿਗੁਰੂ ਕਲਗੀਧਰ ਪਾਤਸ਼ਾਹ ਕਿਸ ਤਰ੍ਹਾਂ ਦਾ ਪਾਵਨ ਬਚਨ ਉਚਾਰਨ ਕਰਦੇ ਨੇ ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹਿ ਹੋ ਜਗ ਮਾਹੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਪਾਵਨ ਬਚਨ ਕੀਤੇ ਕਹਿੰਦੇ ਮੈਂ ਆਪਣੇ ਵੱਲੋਂ ਦੁਨੀਆਂ ਦੇ ਸੰਸਾਰ ਦੇ ਲੋਕਾਂ ਨੂੰ ਕੁਝ ਨਹੀਂ ਕਹਾਂਗਾ ਮੈਂ ਓਹੀ ਕੁਝ ਕਹਾਂਗਾ ਸੰਸਾਰ ਵਿੱਚ ਜੋ ਮੇਰੇ ਪਿਆਰੇ ਪ੍ਰੀਤਮ ਅਕਾਲ ਪੁਰਖ ਨੇ ਮੈਨੂੰ ਕਹਿ ਕੇ ਸੰਸਾਰ ਵਿੱਚ ਭੇਜਿਆ ਏ ਜੋ ਨੇਜ ਪ੍ਰਭ ਮੋਸੋ ਕਹਾ ਨਿੱਜੀ ਤੌਰ ਤੇ ਜੋ ਸਾਡੇ ਨਾਲ ਬਚਨ ਬਲਾਸ ਕੀਤੇ ਸਨ ਅਕਾਲ ਪੁਰਖ ਨੇ ਸਤਿਗੁਰੂ ਕਲਗੀ ਤਰੁ ਪਾਤਸ਼ਾਹ ਕਹਿੰਦੇ ਸਾਡਾ ਮਨ ਕਰਦਾ ਏ ਕਿ ਸੰਸਾਰ ਦੇ ਲੋਕਾਂ ਨੂੰ ਉਹੀ ਪਾਵਨ ਬਚਨ ਅੱਗੇ ਸੁਣਾ ਦਈਏ ਉਹਨਾਂ ਦੀ ਸਾਂਝ ਪਾਈਏ ਜੋ ਨੇਜ ਪ੍ਰਭ ਮੋਸੋ ਕਹਾ ਜੋ ਮੈਨੂੰ ਕਿਹਾ ਅਕਾਲ ਪੁਰਖ ਨੇ ਸੋ ਕਹਿਹੁ ਜਗ ਮਾਹੇ ਉਹੀ ਕੁਝ ਅੱਗੇ ਸੰਸਾਰ ਵਿੱਚ ਕਹਾਗਾ ਬੈਠੇ ਸਾਨੂੰ ਪਿਆਰੇ ਦਇਆ ਸਿੰਘ ਪਾਈ ਦੇਸਾ ਸਿੰਘ ਬੈਠੇ ਸਨ ਸਾਹਿਬ ਕਲਗੀ ਤਰਪਾਤ ਸਾਹਿਬ ਜੀ ਦੇ ਐਨ ਲਾਗੇ ਹੋ ਕੇ ਪਾਈ ਚੌਪਾ ਸਿੰਘ ਜੀ ਵੀ ਬੈਠੇ ਹੋਏ ਸਨ ਦੋਨੋਂ ਹੱਥ ਜੋੜ ਕੇ ਬੜੇ ਪਿਆਰ ਤੇ ਸਤਿਕਾਰ ਵਿੱਚ ਅਰਦਾਸ ਕੀਤੀ ਬੇਨਤੀ ਕਰ ਦਿੱਤੀ ਸਾਹਿਬ ਜੀਓ ਉਹ ਕੇਸਰਾਂ ਦੇ ਪਾਵਨ ਬਚਨ ਹਨ ਜੋ ਅਕਾਲ ਪੁਰਖ ਨੇ ਤਹਾਨੂੰ ਕਹੇ ਔਰ ਤੁਸੀਂ ਅੱਗੇ ਸੰਸਾਰ ਦੇ ਲੋਕਾਂ ਨੂੰ ਦੱਸਣ ਵਾਸਤੇ ਅੱਜ ਤਿਆਰ ਹੋ ਸਾਨੂੰ ਸਮਝਾ ਕੇ ਜਰਾ ਦੱਸੋ ਉਹ ਕਿਹੜੇ ਪਾਵਨ ਬਚਨ ਸਨ ਅਗਲੀ ਪੰਕਤੀ ਵਿੱਚ ਖਿਆਲ ਕਰਨਾ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਜਿੰਨਾ ਗੁਰਸਿੱਖਾਂ ਨੇ ਆਪਣੇ ਜੀਵਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਪ੍ਰਾਪਤੀ ਕੀਤੀ ਰਸਨਾ ਤੇ ਨਾਮ ਦੀ ਪ੍ਰਾਪਤੀ ਕੀਤੀ ਨਾਮ ਦਾ ਜਾਪ ਕੀਤਾ ਆਪਣੇ ਬੁੱਲਾ ਨੂੰ ਹਿਲਾ ਕੇ ਆਪਣੀ ਰਸਨਾ ਨੂੰ ਹਿਲਾ ਕੇ ਜਾਪ ਕਰਦੇ ਕਰਦੇ ਸਿਮਰਨ ਦੀ ਦਾਤ ਪ੍ਰਾਪਤ ਹੋਈ ਗੁਰਸਿੱਖਾਂ ਨੂੰ ਇਸ ਨਾਮ ਦੀ ਔਰ ਇਸ ਤੋਂ ਅੱਗੇ ਜਾ ਕੇ ਇਸ ਨਾਮ ਨੂੰ ਧਿਉਣ ਦੀ ਸਮਰੱਥਾ ਵੀ ਗੁਰਸਿੱਖਾਂ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਹੋ ਗਈ ਜੋ ਤਿਹ ਪ੍ਰਭ ਕੋ ਧਿਆਏ ਹੈ ਜਿਨ੍ਹਾਂ ਨੇ ਇਸ ਨਾਮ ਨੂੰ ਧਿਉਣਾ ਕੀਤਾ ਹੈ ਅੰਤ ਸੁਰਗ ਕੋ ਜਾਹੇ ਉਹਨਾਂ ਨੂੰ ਪ੍ਰਾਪਤੀ ਕਿੰਨੀ ਵੱਡੀ ਹੈ ਖਾਲਸਾ ਜੀ ਨਾਮ ਜਪਿਆ ਜਾਂਦਾ ਇਸ ਜੀਬਾ ਦੇ ਨਾਲ ਪਰੰਤੂ ਜੇ ਗੁਰੂ ਨਾਨਕ ਸਾਹਿਬ ਜੀ ਆਪ ਕਲਾ ਵਰਤਾ ਦਿਨ ਐਸ ਜੀਵਨ ਵਿੱਚ ਸੰਸਾਰ ਵਿੱਚ ਰਹਿੰਦੇ ਰਹਿੰਦੇ ਇਸ ਨਾਮ ਨੂੰ ਧਿਉਣ ਦੀ ਜੋ ਅਸਲ ਸਤਿਗੁਰ ਦੀ ਆਪ ਨੇ ਇਹ ਅਵਸਥਾ ਬਖਸ਼ਿਸ਼ ਕਰਦੇ ਨੇ ਨਾਮ ਧਿਆਇਆ ਜਾਂਦਾ ਰੋਮ ਰੋਮ ਦੇ ਵਿੱਚੋਂ ਜਿਨ੍ਹਾਂ ਗੁਰਸੇਖਾਂ ਨੂੰ ਆਪਣੇ ਰੋਮਾਂ ਦੇ ਵਿੱਚ ਆਪਣੇ ਕੇਸਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮਿੱਠੀ ਤੇ ਪਿਆਰੀ ਧੁਨ ਜਿਹੜੀ ਇਹ ਸੁਣਾਈ ਦੇਣ ਲੱਗ ਪਏ ਰਸਨਾ ਤੋਂ ਉਚਾਰਨ ਕਰਨ ਦੀ ਜਿੱਥੇ ਲੋੜ ਤੱਕ ਮਹਿਸੂਸ ਨਾ ਹੋਏ ਇਸ ਅਵਸਥਾ ਨੂੰ ਸਾਹਿਬ ਜੀ ਨੇ ਪਾਵਨ ਬਚਨ ਕੀਤੇ ਹਨ ਕਿ ਇਹ ਨਾਮ ਇਥੇ ਧਿਆਇਆ ਜਾਂਦਾ ਹੈ ਰੋਮਾਂ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਦਖਣੀ ਓੰਕਾਰ ਪਾਵਨ ਬਾਣੀ ਵਿੱਚ ਅਤੇ ਸਿੱਧ ਗੋਸ਼ਟ ਪਾਵਨ ਗੁਰਬਾਣੀ ਵਿੱਚ ਵੀ ਇਸ ਨਾਮ ਨੂੰ ਧਿਉਣ ਦੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਪ੍ਰੇਰਣਾ ਕੀਤੀ ਹੋਈ ਹੈ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰਿ ਤੇ ਆਵੇ ਜਦੋਂ ਰੋਮ-ਰੋਮ ਦੇ ਵਿੱਚੋਂ ਗੁਰਮੰਤਰ ਵਾਹਿਗੁਰੂ ਦੀ ਮਿੱਠੀ ਔਰ ਪਿਆਰੀ ਧੁਨ ਸੁਣਾਈ ਦੇਣ ਲੱਗ ਪਏ ਸਮਝ ਲੈ ਨਾ ਕਿ ਨਾਮ ਨੂੰ ਹੁਣ ਐਸ ਵਕਤ ਤੇ ਆਇਆ ਜਾ ਰਿਹਾ ਏ ਹੁਣ ਜਪਨ ਦੀ ਉਚਾਰਨ ਕਰਨ ਦੀ ਹੁਣ ਲੋੜ ਨਹੀਂ ਹੁਣ ਕੇਵਲ ਇਸ ਨਾਮ ਦੀ ਧੁਨੇ ਨੂੰ ਆਪਣੀ ਇਕਾਗਰਤਾ ਦੇ ਵਿੱਚੋਂ ਸਿਮਰਨ ਅਭਿਆਸੀ ਸਤਸੰਗੀ ਸੁਣ ਸਕਦਾ ਏ ਬੈਠ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਪਾਵਨ ਬਚਨ ਕੀਤੇ ਕਹਿੰਦੇ ਅੰਤ ਸੁਰਗ ਕੋ ਜਾਹੇ ਇਸ ਨਾਮ ਦੀ ਦਾਤ ਅਕਾਲ ਪੁਰਖ ਕਿਰਪਾ ਕਰ ਦੇਵੇ ਕਿਸੇ ਜਗਿਆਸੂ ਦੇ ਉੱਪਰ ਰੋਮ ਰੋਮ ਦੇ ਵਿੱਚ ਉਹਨੂੰ ਇਹ ਦਾਤ ਬਖਸ਼ਿਸ਼ ਕਰ ਦਿੰਦੇ ਹਨ ਕਈਆਂ ਜਗਿਆਸੂ ਸਤ ਸੰਗੀ ਗੁਰ ਸਿੱਖਾਂ ਦੇ ਜੀਵਨ ਵਿੱਚ ਸਾਹਿਬ ਸਤਿਗੁਰੂ ਜੀ ਇੱਕ ਐਸੀ ਮਹਾਨ ਬਖਸ਼ਿਸ਼ ਕਰਦੇ ਨੇ ਉਹਨਾਂ ਦੀ ਸਾਹ ਰਗ ਦੇ ਵਿੱਚ ਜਾ ਕੇ ਇਸ ਨਾਮ ਦੀ ਜੋ ਕਣੀ ਹੈ ਇਸ ਨਾਮ ਦੀ ਅਮੋਲਕ ਦਾਤ ਜੋ ਹੈ ਉਹ ਜਾ ਕੇ ਉਥੇ ਜਾ ਕੇ ਆਪਣਾ ਨਿਵਾਸ ਕਰ ਲੈਂਦੀ ਹੈ ਅੰਤ ਸੁਰਗ ਕੋ ਜਾਹੇ ਵਿਦਿਆਰਥੀ ਜਨਮੀ ਬੈਠੇ ਹਨ ਬਹੁਤ ਵੱਡੀ ਗਿਣਤੀ ਵਿੱਚ ਜਿਨ੍ਹਾਂ ਨੇ ਇਸ ਪਾਵਨ ਗੁਰਬਾਣੀ ਦੇ ਅਰਥਾ ਨੂੰ ਪੜਿਆ ਜਾਂ ਪੜਨ ਵਾਸਤੇ ਸੰਥਿਆ ਪ੍ਰਾਪਤ ਕਰ ਰਹੇ ਨੇ ਉਹਨਾਂ ਦੇ ਖਿਆਲਾਂ ਵਿੱਚ ਇਹ ਬਹੁਤ ਛੇਤੀ ਅਰਥ ਆ ਜਾਂਦੇ ਹਨ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਤ ਸੁਰਗ ਕੋ ਜਾਹੇ ਜਿਹੜਾ ਸੁਰਗ ਸ਼ਬਦ ਹੈ ਸੁਰਗ ਦਾ ਉਪਭਾਵ ਹੈ ਕਿ ਸਾਰਾਗਾ ਦੇ ਵਿੱਚ ਮੈਂ ਥੋੜਾ ਸੁਖੈਨ ਕਰਦਿਆ ਤੁਹਾਨੂੰ ਸਤ ਸੰਗੀਆਂ ਨੂੰ ਹਰੇਕ ਸਾਲ ਤੁਹਾਡੇ ਵਿੱਚ ਆਣ ਕੇ ਗੁਰਬਾਣੀ ਦੀ ਕਥਾ ਕਰੀਦੀ ਹੈ ਬੈਠੇ ਬੈਠੇ ਖਿਆਲ ਆਇਆ ਸੀ ਕਿ ਐਸ ਵਾਰੀ ਦਸਮ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਖਾਲਸਾ ਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਆਪਾਂ ਸੁਣਦੇ ਆਂ ਇਤਿਹਾਸ ਦੀ ਕਥਾ ਵੀ ਸੁਣਦੇ ਆ ਪਰ ਸਾਡੇ ਖਾਲਸਾ ਪੰਥ ਵਿੱਚ ਦਸਮ ਦੀ ਪਾਵਨ ਬਾਣੀ ਦੀ ਕਥਾ ਰਹਿਤ ਨਾਮਿਆਂ ਤੇ ਤਨਖਾਹ ਨਾਮਿਆਂ ਦੀ ਕਥਾ ਕਰਨ ਤੋਂ ਪਤਾ ਨਹੀਂ ਕਿਉਂ ਸੰਕੋਚ ਕੀਤਾ ਜਾ ਰਿਹਾ ਹੈ ਅੱਜ ਅਸੀਂ ਖਾਲਸਾ ਪੰਥ ਵਿੱਚ ਵਿਚਰ ਕੇ ਦੇਖਦੇ ਆ ਕਿ ਦਸਮ ਦੀ ਪਾਵਨ ਬਾਣੀ ਦੀ ਕਥਾ ਜਿਹੜੀ ਹੈ ਉਹ ਐਨ ਅਲੋਪ ਹੋ ਚੁੱਕੀ ਆ ਸਤ ਸੰਗੀ ਅਸਥਾਨਾਂ ਤੋਂ ਜੇ ਦਸਮ ਦੀ ਪਾਵਨ ਬਾਣੀ ਦਾ ਕੋ ਵਚਨ ਸਾਧਾ ਕਰਨ ਦਾ ਯਤਨ ਵੀ ਕੀਤਾ ਜਾਏ ਉਹ ਪਤਾ ਨਹੀਂ ਸਾਡੀ ਪਕੜ ਤੋਂ ਸਾਡੀ ਖੋਪੜੀ ਤੋਂ ਕਿੰਨੀ ਉਚਾਈ ਤੇ ਉੱਪਰ ਉੱਪਰ ਹੀ ਲੰਘ ਜਾਂਦਾ ਏ ਪਰ ਸਾਨੂੰ ਆਪਣੇ ਜੀਵਨ ਦਾ ਆਪਣੀ ਜ਼ਿੰਦਗੀ ਦਾ ਇਸ 바 ਬਣਾਉਣਾ ਚਾਹੀਦਾ ਏ ਕੇ ਸੰਗਤ ਵਿੱਚ ਦਸਮ ਦੀ ਪਾਵਨ ਬਾਣੀ ਦੀ ਕਥਾ ਵੀ ਸਰਵਣ ਕਰਾਈ ਜਾਏ ਔਰ ਸਰਵਣ ਕੀਤੀ ਵੀ ਜਾਏ ਥੋੜਾ ਸਮਝ ਗੋਤਰਾ ਕਰਦੇ ਆ ਕਿ ਸੁਰਗ ਦਾ ਅਰਥ ਕੀ ਹੈ ਹੁਣ ਤਾਂ ਸੁਰਗ ਸ਼ਬਦ ਜਿਹੜਾ ਕਿਤੇ ਪੜ ਲੈਂਦਾ ਕੋਈ ਉਹ ਸਮਝਦਾ ਪਤਾ ਨਹੀਂ ਸੁਰਗ ਦੀ ਪ੍ਰਾਪਤੀ ਦਾ ਕੋਈ ਇਥੇ ਅਰਥ ਹੈ ਪਰ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਅਰਥ ਕੀਤੇ ਹਨ ਸੁਰਗ ਦੇ ਉਹ ਸਸੇ ਨੂੰ ਅੰਕੜ ਵੱਖਰਾ ਕਰਦੇ ਨੇ ਰਾਰਾ ਤੇ ਗੱਗਾ ਸ਼ਬਦ ਉਹ ਵੱਖਰਾ ਕਰਦੇ ਹਨ ਰਾਰਾ ਤੇ ਗੱਗਾ ਸ਼ਬਦ ਉਹ ਕਹਿੰਦੇ ਹਨ ਕਿ ਸਾ ਰਗ ਜਿਹੜੀ ਹੈ ਇਹਦੇ ਵਿੱਚ ਆਣ ਕੇ ਜੋ ਸਭ ਤੋਂ ਰਸੀਲਾ ਤੇ ਸੁਰੀਲਾ ਨਾਮ ਹੈ ਗੁਰੂ ਨਾਨਕ ਸਾਹਿਬ ਜੀ ਦਾ ਉਹ ਸਤ ਸੰਗੀ ਦੇ ਜਗਿਆਸੂ ਦੀਆਂ ਸਾ ਰਗਾਾਂ ਦੇ ਵਿੱਚ ਆਣ ਕੇ ਪ੍ਰਵੇਸ਼ ਕਰ ਜਾਂਦਾ ਹੈ ਇਹ ਨਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਇਹਨੂੰ ਸਾਸ ਸਾਸ ਦੀ ਗੱਲ ਕੀਤੀ ਦਸਮ ਦੀ ਪਾਵਨ ਬਾਣੀ ਵਿੱਚ ਇਹਨੂੰ ਸਾਰ ਰਗਾਂ ਦੇ ਵਿੱਚ ਪ੍ਰਾਪਤੀ ਦੀ ਗੱਲ ਕੀਤੀ ਹੋਈ ਹੈ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਕਹਿੰਦੇ ਇਸ ਨਾਮ ਦੀ ਪ੍ਰਾਪਤੀ ਜਿਨ੍ਹਾਂ ਗੁਰਸੇਖਾਂ ਨੇ ਆਪਣੇ ਜੀਵਨ ਵਿੱਚ ਕੀਤੀ ਔਰ ਨਾਮ ਦਾ ਜਾਪ ਕਰਨ ਲੱਗ ਪਏ ਕੀਤੇ ਗੁਰੂ ਨਾਨਕ ਸਾਹਿਬ ਜੀ ਨੇ ਕਲਾ ਵਰਤਾ ਦਿੱਤੀ ਰੋਮ ਰੋਮ ਦੇ ਵਿੱਚ ਇਸ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਸਿਮਰਨ ਅਭਿਆਸੀ ਨੂੰ ਕਿਸੇ ਦੇ ਜੀਵਨ ਵਿੱਚ ਉਸ ਅਕਾਲ ਪੁਰਖ ਨੇ ਐਸੀ ਕਲਾ ਵਰਤਾ ਦਿੱਤੀ ਕਿ ਸਿਮਰਨ ਅਭਿਆਸ ਕਰਨ ਵਾਲੇ ਦੀਆਂ ਸਾਰਗਾਂ ਦੇ ਵਿੱਚ ਇਸ ਨਾਮ ਦਾ ਕਿਨਕਾ ਜੋ ਹੈ ਇਸ ਨਾਮ ਦੀ ਜੋ ਕਣੀ ਹੈ ਉਹ ਸਦਾ ਵਾਸੇ ਬਠਾਲ ਦਿੱਤੀ ਬਖਸ਼ਿਸ਼ ਕਰ ਦਿੱਤੀ ਸਾਨੂੰ ਯਤਨ ਕਰਨਾ ਚਾਹੀਦਾ ਸੰਗਤ ਵਿੱਚ ਆਣ ਕੇ ਕਿ ਸਾਨੂੰ ਸਭ ਕੋ ਲੈਣਾ ਚਾਹੀਦਾ ਹੈ ਆ ਦੇਖਿਆ ਜਾਂਦਾ ਸਕੂਲਾਂ ਵਿੱਚ ਕਾਲਜਾਂ ਵਿੱਚ ਵਿਦਿਆਰਥੀ ਕਲਾਸਾਂ ਵਿੱਚ ਬੈਠ ਕੇ ਸਬਕ ਲੈਂਦੇ ਨੇ ਉਹ ਸਬਕ ਲੈ ਕੇ ਘਰ ਵਿੱਚ ਜਾ ਕੇ ਉਸ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਫਿਰ ਜਾ ਕੇ ਆਪਣੀ ਕਲਾਸ ਵਿੱਚ ਆਪਣੇ ਟੀਚਰ ਨੂੰ ਸੁਣਾਉਂਦੇ ਨੇ ਸੰਗਤ ਵਿੱਚ ਮਾਹੌਲ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਏ ਜਿੱਥੇ ਬੜੀ ਪ੍ਰਸੰਤਾ ਹੁੰਦੀ ਹਰੇਕ ਸਾਲ ਕਦੀ 36 ਦਿਨ ਕਦੀ 40 ਦਿਨ 40 ਦਿਨਾਂ ਦੀ ਵਿਚਾਰਤਾ ਕੋਈ ਹੈ ਨਹੀਂ ਮੈਂ ਤਾਂ ਕਰਕੇ ਬੇਨਤੀ ਕਰਨ ਲੱਗਾ ਕਈ ਬਹੁਤ ਛੇਤੀ ਕਿੰਤੂ ਕਰ ਲੱਗ ਜਾਂਦੇ ਜੀ 40 ਦਿਨ ਨਾਮ ਕਿਉਂ ਜਪਾਇਆ ਜਾਂਦਾ ਹੈ ਮਹਾਨਤਾ 40 ਦਿਨਾਂ ਦੀ ਨਹੀਂ ਬਹਾਨੇ ਨਾਲ ਸੰਗਤ ਨੂੰ ਛਤੀ ਦਿਨ 40 ਦਿਨ 50 ਦਿਨ ਕਿਸੇ ਬਹਾਨੇ ਨਾਲ ਸੰਗਤ ਨੂੰ ਲੈ ਕੇ ਆਉਣਾ ਔਰ ਇਥੇ ਬੈਠ ਕੇ ਗੁਰਬਾਣੀ ਦਾ ਜਾਪ ਕਰਾਉਣਾ ਸਿਮਰਨ ਅਭਿਆਸ ਕਰਾਉਣਾ ਇਹ ਬਹਾਨੇ ਤੋਂ ਬਿਨਾ ਹੋ ਨਹੀਂ ਸਕਦਾ ਕਦੀ ਵੀ ਔਰ ਸਾਨੂੰ ਐਸੇ ਸਤਸੰਗੀ ਅਸਥਾਨਾਂ ਤੇ ਯਤਨ ਕਰਨਾ ਚਾਹੀਦਾ ਏ ਕਿ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਦਿੱਤੇ ਜਾਂਦੇ ਹਨ ਉਥੇ ਦਸਮ ਦੀ ਪਾਵਨ ਗੁਰਬਾਣੀ ਦੇ ਸੰਦੇਸ਼ ਅਤੇ ਆਦੇਸ਼ ਵੀ ਸੁਣਾਉਣੇ ਆਤ ਜ਼ਰੂਰੀ ਹੋਏ ਪਏ ਨੇ ਖਾਲਸਾ ਜੀ ਸਾਹਿਬ ਸਤਿਗੁਰੂ ਕਲਗੀ ਤਰ ਪਾਤਸ਼ਾਹ ਦਇਆ ਕਾਰਨ ਜਿਸ ਤਰ੍ਹਾਂ ਦੀ ਮਹਾਨ ਉਪਾਵਨ ਪੰਗਤੀ ਵਿੱਚ ਸਾਹਿਬ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਕੀਤਾ ਏ ਸਾਡੇ ਖਿਆਲ ਆਤ ਵੀ ਉਥੋਂ ਤੱਕ ਪਹੁੰਚ ਜਾਣੇ ਚਾਹੀਦੇ ਨੇ ਕਿ ਇਹ ਪਾਵਨ ਬਚਨ ਕਲਗੀਧਰ ਪਾਤਸ਼ਾਹ ਸਾਡੇ ਪਰਮ ਕਿਰਪਾਲੂ ਪਿਤਾ ਜੀ ਨੂੰ ਅਕਾਲ ਪੁਰਖ ਨੇ ਕਹੇ ਸਨ ਕੋਈ ਛੋਟੀ ਜੀ ਗੱਲ ਨਹੀਂ ਉਸ ਅਕਾਲ ਪੁਰਖ ਨਾਲ ਕੀਤੇ ਹੋਏ ਪਾਵਨ ਬਚਨ ਸਾਨੂੰ ਵੀ ਸਾਹਿਬ ਸਤਿਗੁਰੂ ਜੀ ਨੇ ਅੱਗੇ ਸੁਣਾ ਦਿੱਤੇ ਗੁਰਬਾਣੀ ਦੇ ਰਾਹੀਂ ਜੋ ਕੁਝ ਸਾਨੂੰ ਉਪਦੇਸ਼ ਕੀਤਾ ਗਿਆ ਇਹਨੂੰ ਅਸੀਂ ਸਤ-ਸਤ ਕਰਕੇ ਪ੍ਰਵਾਨ ਕਰ ਗਏ ਜਿੱਥੇ ਦਸਮ ਦੀ ਪਾਵਨ ਬਾਣੀ ਵਿੱਚ ਨਾਮ ਦੀ ਇਸ ਅਵਸਥਾ ਨੂੰ ਨਾਮ ਨੂੰ ਧਿਉਣ ਦੀ ਗੱਲ ਕੀਤੀ ਗਈ ਉਥੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਨਾਮ ਨੂੰ ਧਿਉਣ ਦੇ ਵੀ ਪਾਵਨ ਬਚਨ ਕੀਤੇ ਹਨ ਜਿਨੇ ਨਾਮ ਧਿਆਇ ਗਏ ਮਸਕਤ ਘਾਲ ਇਹ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਹਰੇਕ ਦਿਨ ਹਰੇਕ ਗੁਰਸਿੱਖ ਨੂੰ ਗੁਰਬਾਣੀ ਦਾ ਜਾਪ ਕਰਨ ਸਮੇ ਇਹ ਪੜਨ ਅਤੇ ਸੁਣਨ ਨੂੰ ਪ੍ਰਾਪਤ ਹੁੰਦਾ ਹੈ ਕਹਿੰਦੇ ਕਿ ਕੇਵਲ ਨਾਮ ਜਪਣ ਤਾਂ ਕਿ ਸਾਰੀ ਜ਼ਿੰਦਗੀ ਸਾਰਾ ਜੀਵਨ ਸੀਮਤ ਹੋ ਕੇ ਨਾਰਾਹ ਜਾਈ ਪਹਿਲੀ ਕਲਾਸ ਵਿੱਚ ਆਇਆ ਬੜੀ ਚੰਗੀ ਗੱਲ ਹੈ ਦੂਜੀ ਕਲਾਸ ਤੀਜੀ ਕਲਾਸ ਵਿੱਚ ਅੱਗੇ ਦੀ ਅੱਗੇ 10ਵੀਂ ਕਲਾਸ ਤੱਕ ਵੀ ਜਾਣਾ ਵਿਦਿਆਰਥੀ ਦਾ ਇੱਕ ਫਰਜ਼ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਚਨ ਕੀਤੇ ਨਾਮ ਜਪਣਾ ਤੇਰੇ ਵਾਸਤੇ ਬੜੀ ਚੰਗੀ ਗੱਲ ਐ ਪਰ ਅੱਗੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਨਾਮ ਨੂੰ ਧਿਆਨ ਤੱਕ ਵੀ ਜਾਣਾ ਤੇਰਾ ਇੱਕ ਫਰਜ਼ ਬਣ ਜਾਂਦਾ ਏ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਆਪਣੇ ਜੀਵਨ ਆਪਣੀ ਜ਼ਿੰਦਗੀ ਵਿੱਚ ਐਸੀ ਮਸਕਤ ਕਾਲ ਲਈ ਉਹਨਾਂ ਗੁਰਸਿੱਖਾਂ ਨੇ ਤੇ ਫਲ ਕੇ ਪ੍ਰਾਪਤ ਹੋਇਆ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਗੁਰਸਿੱਖੋ ਉਜਲਾ ਮੁਖ ਪ੍ਰਾਪਤ ਹੁੰਦਾ ਏ ਜਿੱਥੇ ਨਾਮ ਤੇ ਆਇਆ ਜਾਏ ਕਿਉਂਕਿ ਸਾਰੇ ਸਰੀਰ ਦੇ ਉੱਪਰ ਰੋਮ ਹੁੰਦੇ ਨੇ ਸਾਰੇ ਚਿਹਰੇ ਦੇ ਉੱਪਰ ਵੀ ਰੋਮ ਹੁੰਦੇ ਨੇ ਉਹ ਭਾਵੇਂ ਦਿਸਦੇ ਹੋਣ ਭਾਵੇਂ ਅਣ ਦਿਸਦੇ ਹੋਣ ਚਿਹਰੇ ਦੇ ਉੱਪਰ ਪਰ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਚਨ ਕਰ ਦਿੱਤੇ ਜੇ ਇਸ ਰੋਮਾਂ ਦੇ ਵਿੱਚੋਂ ਨਾਮ ਦੀ ਦਾਤ ਤੈਨੂੰ ਪ੍ਰਾਪਤ ਹੋ ਜਾਏ ਨਾਨਕ ਤੇ ਮੁਖ ਉਜਲੇ ਤੇਰਾ ਜਿਹੜਾ ਮੁਖ ਹੈ ਉਜਲਾ ਹੋ ਜਾਏਗਾ ਸੁਰਖਰੂ ਹੋ ਜਾਏਗਾ ਸੰਸਾਰ ਵਿੱਚ ਕੇਤੀ ਛੁੱਟੀ ਨਾਲ ਆਪਣੇ ਆਪ ਦੇ ਜੀਵਨਤਾ ਕੀ ਰਹੇ ਪਤਾ ਨਹੀਂ ਕਿੰਨੀ ਵੱਡੀ ਗਿਣਤੀ ਵਿੱਚ ਸੰਸਾਰ ਦੇ ਲੋਕਾਂ ਨੂੰ ਵੀ ਆਪਣੇ ਨਾਲ ਤੂੰ ਤਾਰ ਲਏਂਗਾ ਕੀਤੀ ਛੁੱਟੀ ਨਾਲ ਕਿੰਨੇ ਸੰਗੀ ਔਰ ਸਾਥੀ ਤੇਰੇ ਹੋਰ ਵੀ ਉਹ ਵੀ ਤੇਰੀ ਇਸ ਅਵਸਥਾ ਦੇ ਨਾਲ-ਨਾਲ ਆਣ ਕੇ ਉਹ ਵੀ ਤਰ ਜਾਣਗੇ ਉਹ ਵੀ ਛੁੱਟ ਜਾਣਗੇ ਸੰਸਾਰ ਵਿੱਚੋਂ ਜੋ ਬੰਧਨ ਹਨ ਖਾਲਸਾ ਜੀ ਸਿਮਰਨ ਅਭਿਆਸ ਕਰਾਏ ਜਾਂਦੇ ਨੇ ਪਰੰਤੂ ਖਿਆਲ ਕਰਕੇ ਦੇਖੋ ਇੱਕ ਘੜੀ ਦਾ ਸਿਮਰਨ ਅਭਿਆਸ ਕਰਨ ਦੀ ਵੀ ਕਿੰਨੀ ਵੱਡੀ ਮਹਾਨਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਸਾਨੂੰ ਮਿਲਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਬਾਣੀ ਵਿੱਚੋਂ ਵੀ ਸਿਮਰਨ ਦੀ ਮਹਾਨਤਾ ਦੇ ਪਾਵਨ ਬਚਨ ਆਉਂਦੇ ਹਨ ਜਨਕ ਜੀ ਦੀ ਗੱਲ ਆਉਂਦੀ ਹੈ ਉਹ ਕਹਿਣ ਲੱਗੇ ਜੀ ਆ ਜਿਹੜੇ ਪਾਪੀ ਲੋਕ ਹਨ ਮੈਂ ਕਹਿ ਰਿਹਾ ਕਿ ਤੁਸੀਂ ਇਹਨਾਂ ਨੂੰ ਛੱਡ ਦਿਓ ਲੇਖਾ ਬਹੁਤ ਲੰਬਾ ਇਹਨਾਂ ਦੇ ਜੀਵਨ ਦਾ ਪਰ ਅਸੀਂ ਲੰਘ ਰਹੇ ਸੀ ਇਥੋਂ ਦੀ ਸਾਡੀ ਨਿਗਾਹ ਪੈ ਗਈ ਸਾਡਾ ਮਨ ਕੀਤਾ ਤੁਸੀਂ ਇਹਨਾਂ ਨੂੰ ਛੱਡ ਦਿਓ ਆ ਮੁਕਤ ਕਰ ਦਿਓ ਇਹਨਾਂ ਨੂੰ ਕਿਉਂ ਤੁਸੀਂ ਰੱਖਿਆ ਨਰਕਾਂ ਦੇ ਵਿੱਚ ਤਾਂ ਉਹ ਸਮੇਂ ਕਹਿਣ ਲੱਗੇ ਜੀ ਤੁਹਾਨੂੰ ਕੁਝ ਦੇਣਾ ਪੈਗਾ ਜੇ ਸਾਰੇ ਨਰਕ ਤੁਸੀਂ ਖਾਲੀ ਕਰਵਾਉਣੇ ਨੇ ਜਨਮ ਜਨਮਾਂ ਤਰਾਂ ਦੇ ਲੇਖੇ ਇਹਨਾਂ ਦੇ ਪੜਵਾਉਣ ਵਾਸਤੇ ਜੋ ਤੁਹਾਡੀ ਇੱਛਾ ਬਣ ਗਈ ਹੈ ਇਹਦੇ ਵਾਸਤੇ ਤੁਹਾਨੂੰ ਕੁਝ ਦੇਣਾ ਪੈਗਾ ਆਪਣੇ ਜੀਵਨ ਵਿੱਚੋਂ ਉਸ ਸਮੇਂ ਰਾਜਾ ਜਨਕ ਜੀ ਨੇ ਇੱਕ ਘੜੀ ਦਾ ਸਿਮਰਨ ਇੱਕ ਤਕੜੀ ਦੇ ਸਾਵੇ ਵਿੱਚ ਪਾ ਦਿੱਤਾ ਕਹਿਣ ਲੱਗੇ ਕਿ ਆ ਮੈਂ ਇੱਕ ਪਾਸੇ ਆ ਰੱਖਦਾ ਦੂਜੇ ਪਾਸੇ ਆ ਸੰਸਾਰ ਦੇ ਲੋਕਾਂ ਦੇ ਕੀਤੇ ਹੋਏ ਪਾਪ ਜਿਹੜੇ ਹਨ ਇੱਥੇ ਰੱਖ ਦਿਓ ਖਾਲਸਾ ਜੀ ਉਸ ਸਮੇਂ ਐਸੇ ਹਾਲਾਤ ਬਣੇ ਸਨ ਸਾਰੇ ਦੁਨੀਆਂ ਵਿੱਚ ਜਿਹੜੇ ਲੋਕ ਜਿਨ੍ਹਾਂ ਨੇ ਪਾਪ ਤੇ ਅਪਰਾਧ ਕਰਕੇ ਨਰਕਾਂ ਦੀ ਪ੍ਰਾਪਤੀ ਕੀਤੀ ਹੋਈ ਸੀ ਉਹਨਾਂ ਦੇ ਕੀਤੇ ਹੋਏ ਪਾਪ ਕਰਮ ਜਿਹੜੇ ਸਨ ਉਹ ਦੂਜੇ ਪਾਸੇ ਤਕੜੀ ਦੇ ਛਾਬੇ ਵਿੱਚ ਰੱਖ ਦਿੱਤੇ ਸਿਟਾ ਕੀ ਨਿਕਲਿਆ ਜਿਸ ਛਾਬੇ ਵਿੱਚ ਇੱਕ ਘੜੀ ਦਾ ਸਿਮਰਨ ਅਭਿਆਸ ਉਹਨਾਂ ਨੇ ਰੱਖਿਆ ਸੀ ਉਹ ਛਾਬਾ ਧਰਤੀ ਤੋਂ ਉੱਪਰ ਉੱਠ ਨਾ ਸਕਿਆ ਉਹ ਥੱਲੇ ਲੱਗਾ ਰਿਹਾ ਪਰ ਦੂਜੇ ਪਾਸੇ ਸਾਰੀ ਦੁਨੀਆਂ ਦੇ ਲੋਕਾਂ ਦੇ ਕੀਤੇ ਹੋਏ ਪਾਪ ਕਰਮ ਜਿਹੜੇ ਸਨ ਉਹ ਤਕੜੀ ਦਾ ਸ਼ਬਦ ਉੱਪਰ ਉੱਠ ਗਿਆ ਪਾਵਨ ਬਚਨ ਆਪ ਜਿਨੂੰ ਜਾਦ ਕਰਾ ਦਿਆਂ ਇਹ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਇੱਕ ਘੜੀ ਦਾ ਸਿਮਰਨ ਕੇਵਲ ਹੁਣ ਤੁਹਾਨੂੰ ਹੋ ਸਕਦਾ ਪਤਾ ਨਾ ਲੱਗੇ ਕਿ ਘੜੀ ਕਹਿੰਦੇ ਕਿੰਨੂ ਨੇ ਬਜ਼ੁਰਗਾਂ ਦੇ ਪਾਸੋਂ ਘਰ ਵਿੱਚ ਜਾ ਕੇ ਪੁੱਛਿਓ ਉਹ ਦੱਸਣਗੇ 24 ਮਿੰਟਾਂ ਦੀ ਇੱਕ ਘੜੀ ਹੋਇਆ ਕਰਦੀ ਹੈ ਅੱਜ ਕੱਲ ਤਾਂ ਸਾਡੇ ਸਮੇਂ ਕੁਝ ਹੋਰ ਸਾਭ ਨਾਲ ਚੱਲਦੇ ਨੇ ਪਰ ਉਦੋਂ ਸਮਾਂ ਚੱਲਦਾ ਸੀ ਘੜੀਆਂ ਦੇ ਵਿੱਚ ਪਲਾਂ ਦੇ ਵਿੱਚ ਖਿਨਾਂ ਦੇ ਵਿੱਚ ਇੱਕ ਘੜੀ ਜੋ ਹੈ ਉਹ 24 ਮਿੰਟਾਂ ਦੀ ਹੋਇਆ ਕਰਦੀ ਹੈ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਜੇ 24 ਮਿੰਟ ਦਾ ਕੀਤਾ ਹੋਇਆ ਸਿਮਰਨ ਅਭਿਆਸ ਦੁਨੀਆਂ ਦੇ ਸੰਸਾਰ ਦੇ ਲੋਕਾਂ ਦੇ ਕੀਤੇ ਹੋਏ ਪਾਪ ਕਰਮ ਜਿਹੜੇ ਨੇ ਜਿਸ ਕਰਕੇ ਉਹ ਕੁਰਲਾ ਰਹੇ ਸਨ ਨਰਕਾਂ ਵਿੱਚ ਬੈਠੇ ਹੋਏ ਉਥੋਂ ਛੁਡਾ ਸਕਦਾ ਏ ਤਾਂ ਤਹਾਨੂੰ 36 ਦਿਨ ਦਾ ਸਮਾਂ ਬੀਤ ਗਿਆ ਜਾਂ ਕਿੰਨੇ ਦਿਨ ਦਾ ਸਮਾਂ ਬੀਤ ਗਿਆ ਸਿਮਰਨ ਅਭਿਆਸ ਕਰਦਿਆਂ ਨੂੰ ਤੁਸੀਂ ਆਪਣੀ ਮਾਨਸਿਕਤਾ ਵਿੱਚ ਖਿਆਲ ਕਰਕੇ ਦੇਖਿਓ ਕਿੰਨੇ ਵੱਡੀ ਪ੍ਰਾਪਤੀ ਤੁਸੀਂ ਕਰ ਚੁੱਕੇ ਹੋ ਕਈ ਵਾਰ ਬੰਦਾ ਆਪਣੀ ਜ਼ਿੰਦਗੀ ਵਿੱਚ ਕੀਤੀਆਂ ਹੋਈਆਂ ਪ੍ਰਾਪਤੀਆਂ ਨੂੰ ਚੰਗੀ ਤਰ੍ਹਾਂ ਖਿਆਲ ਕਰਕੇ ਨਹੀਂ ਦੇਖਦਾ ਜਿਸ ਕਰਕੇ ਉਹ ਪਰੇਸ਼ਾਨੀ ਵਿੱਚ ਰੁੜ ਜਾਂਦਾ ਕਈ ਵਾਰ ਨਿਮੋ ਝੂਣਾ ਹੋ ਜਾਂਦਾ ਏ ਪਰ ਖਿਆਲ ਕਰਿਓ ਜੋ ਚੰਗਿਆਈਆਂ ਆਪਣੇ ਜੀਵਨ ਵਿੱਚ ਪ੍ਰਾਪਤੀਆਂ ਸਿਮਰਨ ਅਭਿਆਸ ਤੇ ਗੁਰਬਾਣੀ ਦੇ ਜਾਪ ਰਾਹੀਂ ਸੰਗਤ ਵਿੱਚ ਆਣ ਕੇ ਕਈ ਕਈ ਦਿਨ ਤੁਸੀਂ ਕਰਦੇ ਹੋ ਇਹਨੋਂ ਵੀ ਚੰਗੀ ਤਰ੍ਹਾਂ ਆਪਣੀ ਮਾਨਸਿਕਤਾ ਵਿੱਚ ਕੋਖ ਕੇ ਦੇਖ ਲਿਆ ਕਰੋ ਕਿ ਕਿੰਨੇ ਦਿਨ ਬੀਤ ਕੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਇਆ ਕੀਤੀ ਨਾਗਾ ਨਹੀਂ ਪਿਆ ਇਹ ਵੀ ਨਾਲ ਖਿਆਲ ਕਰਿਆ ਕਰੋ ਜੇ ਨਾਗੇ ਪਏ ਨੇ ਅਗਲੇ ਸਾਲ ਨਾਗੇ ਨਹੀਂ ਪਹਿਨਣ ਦੇਣੇ ਐਦਾਂ ਦੇ ਖਿਆਲਤ ਸਾਡੀ ਮਾਨਸਿਕਤਾ ਵਿੱਚ ਹੋਣੇ ਚਾਹੀਦੇ ਨੇ ਜੇ ਇੱਕ ਘੜੀ ਦਾ ਕੀਤਾ ਹੋਇਆ ਸਿਮਰਨ ਅਭਿਆਸ ਦੁਨੀਆਂ ਦੇ ਸੰਸਾਰ ਦੇ ਪਾਪੀ ਲੋਕਾਂ ਨੂੰ ਤਾਰ ਸਕਦਾ ਏ ਤਾਂ ਤੁਸੀਂ ਐਨੇ ਦਿਨ ਲੰਬਾ ਸਮਾਂ ਸਿਮਰਨ ਅਭਿਆਸ ਕਰਕੇ ਆਪਣੇ ਆਪ ਨੂੰ ਸੁਰੱਖਰੂ ਕਿਉਂ ਨਹੀਂ ਕਰ ਸਕੋਗੇ ਖਾਲਸਾ ਜੀ ਸਾਹਿਬ ਸਤਿਗੁਰੂ ਜੀ ਦਾਇਆ ਕਰਨ ਆਪਣੇ ਜੀਵਨ ਵਿੱਚ ਐਸੀ ਨਾਮ ਸਿਮਰਨ ਤੇ ਅਭਿਆਸ ਦੀ ਤਰੋਤਾਜ਼ਗੀ ਆਪਣੇ ਦਿਲ ਦਿਮਾਗ ਵਿੱਚ ਬਖਸ਼ਿਸ਼ ਕਰਕੇ ਸਤਿਗੁਰ ਦੀ ਆਪਨਾ ਮੁਖ ਉਜਲਾ ਕਰਨ ਸੁਰਖਰੂ ਕਰਕੇ ਰੱਖਣ ਸੰਸਾਰ ਵਿੱਚ ਬਹੁਤ ਭਿਆਨਕ ਸਮੇਂ ਚੱਲ ਰਹੇ ਨੇ ਤੁਸੀਂ ਦੇਖੋ ਹਾਲਾਤ ਕੀ ਨੇ ਸੰਸਾਰ ਭਰ ਵਿੱਚ ਦੁਨੀਆ ਭਰ ਵਿੱਚ ਕਿਦਾਂ ਦੇ ਹਾਲਾਤ ਬਣੇ ਪਏ ਨੇ ਆ ਦਾਸ ਰਹੇ ਸੀ ਕੱਲ ਗੁਰਮੁਖ ਪਿਆਰੇ ਕਹਿੰਦੇ ਜੀ ਕਈ ਦਿਨ ਤੋਂ ਬਾਅਦ ਪਤਾ ਨਹੀਂ ਕੋਈ ਬਿਲਡਿੰਗਾਂ ਚੈਨਾਬ ਵਿੱਚ गिर ਗਈਆਂ ਸਨ ਪਚਾਲ ਆਉਣ ਦੇ ਕਾਰਨ ਪਤਾ ਨਹੀਂ ਕੋਈ 20-25 ਦਿਨ ਦਾ ਸਮਾਂ ਦਾਸ ਰਿ ਸੀ ਕਿ ਥੱਲੇ ਹੁਣ ਲੋਕਾਂ ਨੂੰ ਕੱਢਿਆ ਗਿਆ ਉਥੋਂ ਹਾਲਾਤ ਐਸੇ ਬਣੇ ਪਏ ਨੇ ਨਹੀਂ ਪਤਾ ਲੱਗਦਾ ਕਿਹੜੇ ਸਮੇਂ ਕੀ ਕੁਝ ਵਾਪਰ ਜਾਂਦਾ ਕਿਹੜੇ ਸਮੇਂ ਕੀ ਕੁਝ ਹੋ ਜਾਂਦਾ ਹੈ ਪਰ ਇਹ ਸਿਮਰਨ ਅਭਿਆਸ ਗੁਰਬਾਣੀ ਦੇ ਕੀਤੇ ਹੋਏ ਜਾਪ ਸਾਥ ਸੰਗੀ ਅਸਤਾਨ ਤੇ ਸਾਡੇ ਜੀਵਨ ਵਿੱਚ ਇੱਕ ਐਸਾ ਥੰਮਾ ਬਣ ਕੇ ਸਹਾਰਾ ਬਣ ਕੇ ਚੱਲਦੇ ਨੇ ਡਿੱਗਦੇ ਹੋਏ ਜੀਵਨ ਨੂੰ ਵੀ ਥੰਮਾ ਦੇ ਲੈਂਦੇ ਨੇ ਬਿਲਡਿੰਗ ਨੂੰ ਥੰਮਾ ਦੇਣਾ ਤੱਕਉ ਨਾਮ ਸਿਮਰਨ ਵਾਸਤੇ ਔਖੀ ਗੱਲ ਹੀ ਨਹੀਂ ਐ ਰੁੜਿਆ ਜਾਂਦਾ ਹੋਇਆ ਜੀਵਨ ਵੀ ਸਿਮਰਨ ਅਭਿਆਸ ਬਚਾ ਲੈਂਦਾ ਏ ਬਿਲਡਿੰਗ ਨੂੰ ਰੋਕਣਾ ਤੱਕਉ ਵੱਡੀ ਗੱਲ ਨਹੀਂ ਐ ਸਿਮਰਨ ਅਭਿਆਸ ਵਾਸਤੇ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੰਗਤ ਵਿੱਚ ਆਣ ਕੇ ਸਿਮਰਨ ਅਭਿਆਸ ਕਰਿਆ ਕਰੋ ਕੱਲਾ ਇੱਥੇ ਨਹੀਂ ਜਦੋਂ ਆਪਣੇ ਘਰਾਂ ਵਿੱਚ ਕੰਮ ਕਾਜ ਵੀ ਕਰਦੇ ਹੋ ਖਾਸ ਕਰਕੇ ਬੀਬੀਆਂ ਸਾਡੀਆਂ ਭੈਣਾਂ ਜਦੋਂ ਰਸੋਈ ਵਿੱਚ ਕੰਮ ਕਰਦੀਆਂ ਨੇ ਉਦੋਂ ਵੀ ਕਿਤੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਿਆ ਕਰੋ ਵਦਨ ਦੇ ਨਾਲ ਤਿਆਰ ਕੀਤਾ ਹੋਇਆ ਜਿਹੜਾ ਭੋਜਨ ਹੈ ਉਹ ਬਹੁਤ ਵੱਡੀ ਤੰਦਰੁਸਤੀ ਦਾ ਕਾਰਨ ਬਣਦਾ ਹੈ ਜੇ ਗੱਲਾਂ ਕਰਦੇ ਕਲੇ ਕਲੇਸ਼ ਕਰਦੇ ਹੋਏ ਭੋਜਨ ਤਿਆਰ ਕੀਤਾ ਜਾਏ ਉਹ ਖਾਣ ਵਾਲੇ ਦੇ ਜੀਵਨ ਦੀ ਹਾਲਾਤ ਵੀ ਉਸੇ ਤਰ੍ਹਾਂ ਦੇ ਬਣਾ ਕੇ ਰੱਖ ਦੇਵੇਗਾ ਸਤਿਗੁਰੂ ਜੀ ਆਪ ਰਹਿਮਤ ਕਰਨ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਦੇ ਸਾਹਮਣੇ ਤੁਸੀਂ ਬੈਠੇ ਇਕਾਗਰਤਾ ਭਰੇ ਮਾਹੌਲ ਵਿੱਚ ਬੈਠੇ ਹਾਂ ਪ੍ਰਸੰਤਾ ਹੁੰਦੀ ਆ ਹਰੇਕ ਸਾਲ ਆਣ ਕੇ ਕਿ ਜਿੰਨੀ ਸੰਗਤ ਆਉਂਦੀ ਹੈ ਇਕਾਗਰ ਹੋ ਕੇ ਬੈਠ ਕੇ ਗੁਰਬਾਣੀ ਦਾ ਜੋ ਉਪਦੇਸ਼ ਹੈ ਜੋ ਸਭ ਕਹੇ ਬੜੇ ਪਿਆਰ ਤੇ ਸਤਕਾਰ ਸਹਿਤ ਸਰਵਣ ਕਰਦੀ ਹੈ ਸੰਗਤ ਆਸ ਕਰਦੀ ਆ ਕਿ ਤੁਸੀਂ ਸਾਹਿਬ ਸਤਿਗੁਰ ਦੀ ਪਾਵਨ ਗੁਰਬਾਣੀ ਅਨਸਾਰ ਦਸਮ ਦੀ ਪਾਵਨ ਬਾਣੀ ਦੇ ਅਨਸਾਰ ਆਪ ਨੇ ਜੀਵਨ ਦੀ ਤਰੋ ਤਾਜ਼ਗੀ ਨੂੰ ਹਾਸਲ ਕਰੋਗੇ। ਬਾਬਾ ਹਰਚਰਨ ਸਿੰਘ ਜੀ ਬੜਾ ਚੰਗਾ ਉਪਰਾਲਾ ਕਰਦੇ ਨੇ। ਕਈ ਸਾਲਾਂ ਤੋਂ ਮੇਲ ਮਲਾਪ ਹੋਏ। ਜਦੋਂ ਵੀ ਗੱਲ ਕੀਤੀ ਜਦੋਂ ਵੀ ਗੱਲ ਚੱਲੀ ਗੁਰਬਾਣੀ ਦੀ ਗੱਲ ਹੀ ਕੇਵਲ ਚੱਲਦੀ ਇਹਨਾਂ ਨਾਲ ਜਦੋਂ ਵੀ ਬੈਠਦੇ ਹਾਂ ਸਾਡੇ ਪਾਸ ਅਖਤਾਂ ਉੱਪਰ ਜਾ ਕੇ ਵੀ ਦਰਸ਼ਨ ਕਰਨ ਵਾਸਤੇ ਜਦੋਂ ਬੈਠਦੇ ਨੇ ਗੁਰਬਾਣੀ ਦੀ ਗੱਲ ਕੇਵਲ ਚੱਲਦੀ ਹੈ। ਸਾਹਿਬ ਸਤਿਗੁਰ ਜੀ ਮਹਾਪੁਰਸ਼ਾਂ ਦੇ ਸੀਸ ਤੇ ਵੀ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਸੰਗਤ ਨੂੰ ਇਸੇ ਤਰ੍ਹਾਂ ਕਿਸੇ ਨਾ ਕਿਸੇ ਬਹਾਨੇ ਨਾਲ ਗੁਰਬਾਣੀ ਤੇ ਸਿਮਰਨ ਅਭਿਆਸ ਨਾਲ ਜੋੜ ਕੇ ਪੰਥ ਦੀ ਮਾਨਤੇ ਮਰਿਆਦਾ ਦੇ ਅਨਸਾਰ ਇਸੇ ਤਰ੍ਹਾਂ ਤੁਹਾਨੂੰ ਜੋੜੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਨੇ ਆਦਰਨੀਏ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਅਮੋਲਕ ਬਚਨਾਂ ਦਾ ਆਨੰਦ ਮਾਨਿਆ ਸਿੰਘ ਸਾਹਿਬ ਜੀ ਨੇ ਆਪਣੇ ਬਚਨਾਂ ਵਿੱਚ ਨਾਮ ਦੀ ਮਹਿਮਾ ਦਰਸਾਈ ਹੈ ਸਤਿਗੁਰੂ ਜੀ ਦਾ ਬਚਨ ਹੈ ਧੰਗੁਰੂ ਅਰਜਨ ਦੇ ਮਹਾਰਾਜੀ ਦਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੈ ਹਰਿਆ ਆਦਰਨੀਏ ਸਿੰਘ ਸਾਹਿਬ ਜੀ ਦਾ ਸੰਪਰਦਾਏ ਨਾਨਕ ਸਰ ਤੇ ਨਾਨਕ ਸਰ ਕੁਟਿਆ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਸਤਸੰਗੀ ਸੰਗਤਾਂ ਵੱਲੋਂ ਅਥਾ ਧੰਵਾਦ ਜੀ ਆਇਆਂ ਨੂੰ ਜਿੰਨੇ ਕਦਮ ਸਿੰਘ ਸਹਿਬਾਨ ਸੰਤ ਜਨ ਮਹਾਪੁਰਖ ਚੱਲ ਕੇ ਆਏ ਹਨ ਇੱਥੋਂ ਦੇ ਸੇਵਾਦਾਰਾਂ ਦੇ ਸਿਰ ਮੱਥੇ ਪਰਵਾਨ ਜਿਨ੍ਹਾਂ ਰਾਹਾਂ ਤੋਂ ਚੱਲ ਕੇ ਆਏ ਉਹਨਾਂ ਰਾਹਾਂ ਦੇ ਸਦਕੇ ਜੀ ਆਇਆਂ ਨੂੰ ਯਾਦ ਰੱਖਿਓ ਮਹਾਂਪੁਰਖ ਜਿਸ ਵੀ ਇਸਥਾਨ ਤੋਂ ਆਉਂਦ ਨੇ ਇਸ ਵੇਲੇ ਮੰਚ ਤੇ ਉਦਾਸੀਨ ਸੰਪਰਦਾ ਦੇ ਸਾਧੂ ਸੰਤ ਅਰਜਨ ਸਿੰਘ ਜੀ ਆਲਮਪੁਰ